ਟੀਚਰ ਸਾਹਿਬਾਨਾਂ ਦੇ ਧਰਨੇ ਦੀ ਗੱਲ ਹੈ। ਮੈਂ ਪਹਿਲਾਂ ਵੀ ਕਹਿ ਚੁੱਕਿਆ ਅਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਸਾਰੇ ਬੱਚਿਆਂ ਨੂੰ ਵਿਸ਼ਵਾਸ ਦਿਵਾਇਆ। ਟੈਟ ਇੱਕ ਇਗਜ਼ਾਮ ਹੈ ਜਿਹੜਾ ਕਈ ਸਾਲਾਂ ਤੋਂ ਟੈਟ ਦਾ ਇਗਜ਼ਾਮ ਹੁੰਦਾ, ਟੀਚਰ ਐਲੀਜੀਬਿਲਿਟੀ ਟੈਸਟ। ਔਰ ਇਹ TET ਦੇ ਵਿੱਚ ਕੁਆਲੀਫਾਈਂਗ ਮਾਰਕਸ 90 ਨੰਬਰ ਦੇ ਕੁਆਲੀਫਾਈਂਗ ਮਾਰਕਸ ਹੁੰਦੇ 150 ਦੇ ਵਿੱਚੋਂ। ਔਰ TET ਜਿਹੜੇ ਬੱਚੇ ਪਾਸ ਕਰਦੇ ਹੈ ਪਹਿਲਾਂ ਉਹਨਾਂ ਨੂੰ TET ਦੀ ਕੁਆਲੀਫਿਕੇਸ਼ਨ ਦੇ ਮਾਰਕਸ ਦੇ ਆਧਾਰ ਤੇ ਨੌਕਰੀ ਮਿਲਿਆ ਕਰਦੀ ਸੀ। ਇੱਕ TET ਦਾ ਜਿਹੜਾ ਟੈਸਟ ਹੁੰਦਾ ਉਹਦੀ 7 ਸਾਲ ਦੀ ਮਿਆਦ ਹੁੰਦੀ ਹੈ। ਜਿਹੜੇ ਬੱਚੇ ਨੇ 2011 ਵਿੱਚ TET ਦਾ ਟੈਸਟ ਪਾਸ ਕੀਤਾ ਉਹ ਬੱਚਾ ਵੀ ਆਉਣ ਵਾਲੇ 7 ਸਾਲ ਦੇ ਵਿੱਚ ਜਿਹੜੇ ਵੀ ਕੋਈ ਭਰਤੀ ਹੁੰਦੀ ਹੈ ਉਹਦੀ ਜਿਹੜੀ ਟੈਟ ਦੀ ਕੁਆਲੀਫਾਈਂਗ ਮਾਰਕਸ ਹੈ ਉਹਦੇ ਵਿੱਚ ਉਹ ਐਲੀਜੀਬਲ ਹੁੰਦਾ। ਪਹਿਲਾਂ ਸਰਕਾਰ ਨੇ ETT ਟੀਚਰ ਲਾਉਣ ਵਾਸਤੇ 2 ਸ਼ਰਤਾਂ ਰੱਖੀਆਂ ਸੀ, ਜਿਹਦੇ 'ਚ ਇਹ ਕਿਹਾ ਸੀ ਕਿ ਅਸੀਂ 12ਵੀਂ ਤੋਂ ਬਾਅਦ BA ਹੋਣੀ ਮੈਂਡੇਟਰੀ ਹੈ ਅਤੇ ਤਾਂ ਹੀ ਅਸੀਂ ETT ਦਾ ਟੀਚਰ ਲਗਾਵਾਂਗੇ, ਐਲੀਮੈਂਟਰੀ ਟੀਚਰ ਨੂੰ ਅਸੀਂ ਨਿਯੁਕਤੀ ਕਰਾਂਗੇ। ਬਹੁਤ ਸਾਰੇ ਬੱਚਿਆਂ ਨੇ ਜਿਹੜਿਆਂ ਨੇ TET ਦਾ ਟੈਸਟ ਪਾਸ ਕੀਤਾ ਸੀ ETT ਟੀਚਰ ਲੱਗਣ ਵਾਸਤੇ, ਉਹਨਾਂ ਨੇ ਇਹ ਗੱਲ ਕਹੀ ਕਿ ਜੀ BA ਦੀ ਕੁਆਲੀਫਿਕੇਸ਼ਨ ਨਾ ਲਗਾਓ ਅਤੇ ਸਾਨੂੰ 12ਵੀਂ ਦੇ ਆਧਾਰ ਦੇ ਉੱਪਰ ਹੀ ਸਾਡੀ ਨਿਯੁਕਤੀ ਕਰੋ। ਉਹਨਾਂ ਨੇ ਇਸ ਕਰਕੇ ਕਿਹਾ ਕਿਉਂਕਿ ਜਦੋਂ ਉਹਨਾਂ ਨੇ ETT ਦਾ ਦੇ ਪੇਪਰ ਵਾਸਤੇ ਉਹਨਾਂ ਨੇ ਟੈਟ ਦਾ ਐਗਜ਼ਾਮ ਪਾਸ ਕੀਤਾ ਸੀਗਾ ਉਸ ਵੇਲੇ 12ਵੀਂ ਹੀ ਐਲੀਜੀਬਿਲਿਟੀ ਕ੍ਰਾਈਟੀਰੀਆ ਹੁੰਦਾ ਸੀ। ਸਰਕਾਰ ਨੇ ਉਹਨਾਂ ਦੀ ਗੱਲ ਮੰਨੀ, BA ਦੀ ਕੰਡੀਸ਼ਨ ਨੂੰ ਹਟਾ ਕੇ ਦੁਬਾਰਾ 12ਵੀਂ ਦੇ ਆਧਾਰ ਦੇ ਉੱਪਰ TET ਦਾ ਟੀਚਰ ਭਰਤੀ ਕਰਨ ਵਾਸਤੇ ਸਰਕਾਰ ਨੇ ਕੈਬਨਿਟ ਜਾ ਕੇ ਫੈਸਲਾ ਕੀਤਾ। ਉਸ ਤੋਂ ਬਾਅਦ ਦੂਜੀ ਮੰਗ ਆਈ ਉਹਨਾਂ ਦੀ ਕਿ ਜਿਹੜੇ ਮਾਸਟਰ ਕਾਡਰ ਦੇ ਵਿੱਚ ਅਸੀਂ 55% BA ਦੀ ਐਗਰੀਗੇਟ ਦੇ ਮਾਰਕਸ ਮੈਂਡੇਟਰੀ ਕੀਤੇ ਸੀ। ਪਹਿਲਾਂ 45% ਹੁੰਦੇ ਸੀ BA ਦੇ ਮਾਰਕਸ ਅਤੇ ਫਿਰ ਉਹਦੇ 55% ਹੋ ਗਏ। ਉਹਨਾਂ ਨੇ ਕਿਹਾ ਜੀ ਕਿ 55% ਮਾਰਕਸ ਅੱਗੇ ਤੋਂ ਕਰ ਦਿਓ, ਪਿੱਛੇ ਤੋਂ ਨਾ ਕਰੋ, ਕਿਉਂਕਿ ਜਦੋਂ ਅਸੀਂ BA ਪਾਸ ਕੀਤੀ ਉਸ ਵੇਲੇ 45% ਐਲੀਜੀਬਿਲਿਟੀ ਮਾਰਕਸ ਦਾ ਕ੍ਰਾਈਟੀਰੀਆ ਹੁੰਦਾ ਸੀ। ਆ ਸਰਕਾਰ ਨੇ ਕੈਬਨਿਟ ਵਿੱਚ ਲੈ ਕੇ ਜਾ ਕੇ ਉਸ ਕਾਨੂੰਨ ਨੂੰ ਵੀ ਡਾਇਲੂਟ ਕੀਤਾ ਕਿ ਜਿਹੜੇ ਬੰਦੇ ਨੂੰ ਟੀਚਰ ਲਾਉਣਾ ਹੈ ਮਾਸਟਰ ਕਾਡਰ ਦੇ ਵਿੱਚ ਜਾਂ ਜਿਹੜੇ ਬੰਦੇ ਨੂੰ ETT ਟੀਚਰ ਲਾਉਣਾ ਹੈ ਉਹਦੀ BA ਦੀ ਐਲੀਜੀਬਿਲਿਟੀ ਨੂੰ ਵੀ ਅਸੀਂ 12ਵੀਂ ਦੁਬਾਰਾ ਕੀਤਾ, ਔਰ ਜਿਹੜੇ ਮਾਸਟਰ ਕਾਡਰ ਦੇ ਟੀਚਰ ਸੀ ਉਹਨਾਂ ਨੂੰ 55% ਤੋਂ ਦੁਬਾਰਾ ਅਸੀਂ 45% ਐਗਰੀਗੇਟ ਦੇ ਉੱਪਰ ਉਹਨਾਂ ਨੂੰ ਐਲੀਜੀਬਲ ਕਰਨ ਵਾਸਤੇ ਸਰਕਾਰ ਨੇ ਉਸ ਗੱਲ ਦੇ ਉੱਪਰ ਵੀ ਉਹਨਾਂ ਦੀ ਗੱਲ ਨੂੰ ਮੰਨਣ ਦੀ ਕੋਸ਼ਿਸ਼ ਕੀਤੀ। ਤੀਜੀ ਮੰਗ ਉਹਨਾਂ ਦੀ ਆਈ ਕਿ ਜੀ 37.5 ਸਾਲ ਦੀ ਉਮਰ ਨੂੰ 42 ਸਾਲ ਤੱਕ ਕੀਤਾ ਜਾਵੇ ਕਿਉਂਕਿ ਪਿਛਲੇ 3-4 ਸਾਲ ਤੋਂ ਭਰਤੀ ਨਹੀਂ ਹੋਈ। 37 ਤੋਂ 42 ਕਰਨ ਵਾਸਤੇ ਇਹ ਜਿਹੜਾ ਗੱਲ ਸੀ ਇਹ ਇਕੱਲੇ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਿਤ ਨਹੀਂ ਸੀ। ਜਦੋਂ ਅਸੀਂ ਇਸ ਗੱਲ ਨੂੰ ਲੈ ਕੇ ਗਏ ਪਰਸੋਨਲ ਵਿਭਾਗ ਨੇ ਇਸ ਦੇ ਉੱਪਰ ਟਿੱਪਣੀ ਕੀਤੀ ਕਿਉਂਕਿ ਜਿਹੜਾ ਏਜ ਦਾ ਮਸਲਾ ਹੈ ਉਹ ਸਾਰੇ ਮਹਿਕਮਿਆਂ ਦੇ ਨਾਲ ਸੰਬੰਧਿਤ ਹੈ ਅਤੇ ਇਸ ਕਰਕੇ ਉਸ ਦੇ ਉੱਪਰ ਸਾਨੂੰ ਪ੍ਰਵਾਨਗੀ ਨਹੀਂ ਮਿਲੀ। ਔਰ ਚੌਥੀ ਉਹਨਾਂ ਦੀ ਜਿਹੜੀ ਮੰਗ ਹੈ ਉਹ ਇਹ ਹੈ ਕਿ ਜਿਹੜੀ ਸਾਡੀ ਭਰਤੀ ਹੋਵੇ ਉਹਦੇ ਵਾਸਤੇ ਸਾਨੂੰ ਟੈਸਟ ਨਾ ਲਿੱਤਾ ਜਾਵੇ ਕਿ ਸਾਨੂੰ ਜਿਹੜਾ ਸਾਡਾ TET ਦਾ ਰਿਜ਼ਲਟ ਆਇਆ ਸੀ ਜਿਹੜੇ ਬੱਚੇ ਨੇ ਕੁਆਲੀਫਾਈਂਗ ਮਾਰਕਸ ਲਿੱਤੇ ਸੀ 90 ਤੋਂ ਲੈ ਕੇ 150 ਦੇ ਵਿੱਚ, ਕਿਉਂਕਿ 150 ਟੋਟਲ ਮਾਰਕਸ ਹੈ, 90 ਮਿਨੀਮਮ ਮਾਰਕਸ ਹੈ, ਅਤੇ 90 ਤੋਂ ਬਾਅਦ ਜਿਹੜੇ ਬੱਚੇ ਕੁਆਲੀਫਾਈ ਹੋਏ ਹੈ ਜਿਹੜਾ ਕਿ 2000 ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ 7 ਸਾਲ ਦੀ ਮਿਆਰ ਹੈ TET ਦੇ ਟੈਸਟ ਦੀ ਕੁਆਲੀਫਾਈਂਗ ਮਾਰਕਸ ਦੀ, ਅਤੇ ਜਿਹੜੇ ਬੱਚੇ 2011 ਦੇ ਵਿੱਚ ਵੀ ਸਿਲੈਕਟ ਹੋਏ ਅਤੇ ਜਿਹੜੇ ਬੱਚੇ 2018 'ਚ ਸੋਰੀ 2017 ਸਿਲੈਕਟ ਹੋਏ ਜਾਂ ਜਿਹੜੇ 2019-20 'ਚ ਜਿਹਨਾਂ ਨੇ ਪੇਪਰ ਦਿੱਤਾ ਸੀ, ਕੱਲ੍ਹ ਕੋਰਟ ਨੇ ਕਹਿਤਾ ਕਿ ਉਹਨਾਂ ਦਾ ਰਿਜ਼ਲਟ ਵੀ ਡਿਕਲੇਅਰ ਕਰੋ। ਸੋ ਜਿੰਨੇ ਬੱਚੇ 2011 ਤੋਂ ਲੈ ਕੇ 2020 ਦੇ ਟੈਟ ਦੇ ਵਿੱਚ ਅਪੀਅਰ ਹੋਏ ਜਾਂ ਪਾਸ ਜਿਹਨਾਂ ਨੇ ਕੁਆਲੀਫਾਈ ਕੀਤਾ ਉਹ ਅੰਦਾਜ਼ਾ ਉਹ ਬੱਚਿਆਂ ਦੀ ਗਿਣਤੀ 42,000 ਤੋਂ ਲੈ ਕੇ 45,000 ਹੈ ਅਤੇ ਅੱਜ ਅਸੀਂ 2000 ਪੋਸਟਾਂ ਕੱਢੀਆਂ। ਕੀ ਮੈਂ 45,000 ਬੱਚੇ 'ਚੋਂ ਜਿਹੜੇ ਬੱਚਿਆਂ ਦੇ TET ਦੇ ਵਿੱਚ
ETT ਟੀਚਰ ਲੱਗਣ ਵਾਸਤੇ ਪਹਿਲੇ ਹਾਈਐਸਟ ਮੈਰਿਟ ਦੇ ਉਸ ਪੇਪਰ ਜਾਂਦੇ ਕਿ ਮੈਂ ਉਹ ਲੈ ਸਕਦਾ, ਕਿਉਂਕਿ ਜਿਹੜੇ ਬੱਚੇ ਨੇ TET ਦਾ ਪੇਪਰ 2011 ਚ ਦਿੱਤਾ ਸੀ ਜਾਂ ਜਿਹੜੇ ਬੱਚੇ ਨੇ 2020 ਚ ਦਿੱਤਾ, ਅੱਜ ਮੈਂ ਭਰਤੀ ਕਰਨੀ ਹੈ ਤਾਂ ਸਾਨੂੰ ਮੈਰਿਟ ਦੇ ਉੱਪਰ ਭਰਤੀ ਕਰਨੀ ਪਊਗੀ। ਅਸੀਂ ਆਪਣੇ ਸਾਰੇ ਛੋਟੇ ਭੈਣ ਭਰਾਵਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ, ਜਿਹੜੀ ਉਹਨਾਂ ਦੀ ਗੱਲਾਂ ਮੰਨਣ ਵਾਲੀਆਂ ਸੀ ਉਹ ਸਰਕਾਰ ਨੇ ਮੰਨੀ ਹੈ, ਲੇਕਿਨ ਜਿਹੜੇ ਜਿੱਥੇ ਮੈਰਿਟ ਦੀ ਗੱਲ ਆਉਂਦੀ ਹੈ, ਜਿੱਥੇ ਅੱਜ ਭਰਤੀ ਦੀ ਗੱਲ ਆਉਂਦੀ ਹੈ, ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਪੰਜਾਬ ਦਾ ਜੋ ਭਵਿੱਖ ਹੈ, ਜਦੋਂ ਉਹਨਾਂ ਨੂੰ ਪੜ੍ਹਾਉਣ ਦੀ ਗੱਲ ਆਉਂਦੀ ਹੈ, ਉੱਥੇ ਅਸੀਂ ਮੈਰਿਟ ਦੇ ਉੱਪਰ ਕੰਪਰੋਮਾਈਜ਼ ਨਹੀਂ ਕਰ ਸਕਦੇ। ਅਗਰ ਅੱਜ ਅਸੀਂ ਅੱਜ ਅਗਰ 40,000 ਬੰਦੇ ਜਿਹੜੇ ਕਿ TET ਕੁਆਲੀਫਾਈਡ ਹੈ, ਜਿਹਨਾਂ ਨੇ ਟੈਸਟ ਕੁਆਲੀਫਾਈ ਕੀਤਾ ਸੀ, ਜਿਹਨਾਂ ਦੇ ਨੰਬਰ 90 ਤੋਂ ਲੈ ਕੇ 150 ਤੱਕ ਵੇਰੀ ਕਰਦੇ ਹੈ, ਜੇ ਅਸੀਂ ਅੱਜ ਉਹ ਬੱਚਿਆਂ ਦਾ ਇੱਕ ਟੈਸਟ ਰੱਖਾਂਗੇ ਤੇ ਉਹਨਾਂ ਚੋਂ ਜਿਹੜੇ ਬੱਚੇ 2000 ਸਭ ਤੋਂ ਹਾਈਐਸਟ ਮੈਰਿਟ ਤੇ ਆਣਗੇ, ਜੇ ਅਸੀਂ ਉਹਨੂੰ ਸਿਲੈਕਟ ਕਰਾਂਗੇ, ਦੈਟ ਵਿਲ ਬੀ ਇਨ ਦੀ ਇੰਟਰਸਟ ਆਫ ਪੰਜਾਬ। ਇਸ ਕਰਕੇ ਮੈਂ ਇਹ ਸਾਰੇ ਬੱਚਿਆਂ ਨੂੰ ਕਹਿਣਾ ਚਾਹੁੰਦਾ, ਅਸੀਂ ਆਉਣ ਵਾਲੇ ਸਮੇਂ 'ਚ ਹੋਰ ਭਰਤੀ ਦੀਆਂ ਪੋਸਟਾਂ ਕੱਢਾਂਗੇ, ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਅਸੀਂ ਨੌਕਰੀ ਦਾ ਮੌਕਾ ਦੇਵਾਂਗੇ। ਬਟ ਲੇਕਿਨ ਅਸੀਂ ਇਹ ਸਾਰੀਆਂ ਗੱਲਾਂ ਇਹ ਨਹੀਂ ਕਰ ਸਕਦੇ ਕਿ ਜੇ 42,000 ਬੰਦਾ, ਜੇ ਅਸੀਂ ਉਹ ਵਾਲੀ ਮੈਰਿਟ ਚੱਕ ਲਈਏ ਕਿ ਜਿਹੜੀ TET ਦੇ ਕੁਆਲੀਫਿਕੇਸ਼ਨ ਮਾਰਕਸ ਦੀ ਨੂੰ ਅਸੀਂ ਮੈਰਿਟ ਬਣਾ ਲਈਏ, ਤਾਂ ਇਹ 42,000 ਬੰਦਾ ਵੀ ਸਾਰੀ ਉਮਰ ਨਹੀਂ ਭਰਤੀ ਹੋ ਸਕਦਾ। ਤਾਂ ਇਸ ਕਰਕੇ ਮੇਰੇ ਸਾਰੇ ਛੋਟੇ ਭੈਣ ਭਰਾਵਾਂ ਨੂੰ ਬੇਨਤੀ ਹੈ, ਅਪੀਲ ਹੈ ਕਿ ਅਸੀਂ ਸਰਕਾਰ ਦਾ ਇੱਕੋ ਹੀ ਟੀਚਾ ਹੈ ਕਿ ਅਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਰੋਜ਼ਗਾਰ ਦੇਈਏ। ਇਸੇ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਤੇ ਸਮੁੱਚੀ ਕੈਬਨਿਟ ਨੇ ਤੇ ਕਾਂਗਰਸ ਪਾਰਟੀ ਦੀ ਸਰਕਾਰ ਨੇ 60 ਸਾਲ ਦੀ ਉਮਰ ਨੂੰ ਘਟਾ ਕੇ 58 ਕੀਤਾ, ਤਾਂ ਹੀ ਅਸੀਂ ਅੱਜ ਇੱਕ 3 ਸਾਲ ਦੇ ਉੱਪਰ 1,00,000 ਜੋਬਸ ਦੇਣ ਦਾ ਵਾਅਦਾ ਕੀਤਾ, ਤਾਂ ਹੀ ਕੀਤਾ ਕਿ ਜਿਹੜੇ ਲੋਕ 58 ਸਾਲ ਤੋਂ ਬਾਅਦ 2-2 ਸਾਲ ਦੀ ਐਕਸਟੈਂਸ਼ਨ ਲੈ ਰਹੇ ਸੀਗੇ, ਜਿਹੜੀ ਪਿਛਲੀ ਸਰਕਾਰ ਵੇਲੇ ਚੱਲੀਆਂ ਜਾ ਰਹੀਆਂ ਸੀ, ਅਸੀਂ ਉਸ ਨੂੰ ਅਨਡੂ ਕੀਤਾ, ਅੱਜ ਉਹਨਾਂ ਨੂੰ ਪੈਨਸ਼ਨ ਬੈਨੀਫਿਟ ਦੇ ਕੇ ਰਿਟਾਇਰ ਕਰ ਰਹੇ ਹਾਂ 39 ਤੱਕ। ਔਰ ਉਸ ਦੇ ਨਾਲ ਨਾਲ ਜਿਹੜੇ ਜਿਹੜੇ ਬੱਚੇ ਸਾਡੇ ਪੋਸਟਾਂ ਸਾਡੇ ਮਹਿਕਮੇ 'ਚ ਖਾਲੀ ਹੋ ਰਹੀਆਂ, ਅਸੀਂ ਆਲਰੇਡੀ 4,500 ਪੋਸਟਾਂ ਵਾਸਤੇ ਹੋਰ ਪ੍ਰਪੋਜ਼ਲ ਤਿਆਰ ਕਰ ਲਈਏ ਜਿਹੜੇ ਲੋਕਾਂ ਨੇ 39 ਤੱਕ ਰਿਟਾਇਰ ਹੋਣਾ। ਤਾਂ ਮੇਰੀ ਸਾਰੇ ਭੈਣ ਭਰਾਵਾਂ ਨੂੰ ਛੋਟਿਆਂ ਨੂੰ ਬੇਨਤੀ ਹੈ, ਠੀਕ ਹੈ ਤੁਸੀਂ ਟੈਟ ਦਾ ਪੇਪਰ ਤੁਸੀਂ ਕੁਆਲੀਫਾਈ ਕੀਤਾ, ਟੀਚਰ ਐਲੀਜੀਬਿਲਟੀ ਟੈਸਟ ਦਾ ਤੁਸੀਂ ਪੇਪਰ ਕੁਆਲੀਫਾਈ ਕੀਤਾ, ਪਰ ਜਿਹੜੇ ਬੱਚਿਆਂ ਨੇ 2011 'ਚ ਕੀਤਾ, ਕਿਸੇ ਨੇ 2012 'ਚ ਕੀਤਾ, ਕਿਉਂਕਿ ਉਹਦੀ 7 ਸਾਲ ਦੀ ਮਿਆਰ ਹੈ, ਅਤੇ ਅੱਜ ਅਗਰ ਸਰਕਾਰ ਨੇ ਪੋਸਟਾਂ ਕੱਢੀਆਂ ਤਾਂ ਸਰਕਾਰ ਵੁੱਡ ਲਾਈਕ ਟੂ ਹੈਵ, ਇਹ ਸਾਡੇ ਪੰਜਾਬ ਦੇ ਇੰਟਰਸਟ ਦੀ ਗੱਲ ਹੈ, ਸਾਡੇ ਪੰਜਾਬ ਦੇ ਫਾਇਦੇ ਦੀ ਗੱਲ ਹੈ ਕਿ ਅਸੀਂ ਸਾਰੇ ਬੱਚਿਆਂ ਦਾ ਜੋ ਬੈਸਟ ਬੱਚੇ ਮੈਰਿਟ 'ਤੇ ਆਉਣਗੇ ਪਾਸ ਹੋਣਗੇ, ਅਸੀਂ ਉਹ ਬੱਚਿਆਂ ਨੂੰ 2000 ਬੱਚੇ ਨੂੰ ਨੌਕਰੀ ਹੁਣ ਦਈਏ, ਅਤੇ ਜਿਹੜੀਆਂ ਨਵੀਆਂ ਪੋਸਟਾਂ ਅਸੀਂ ਹੋਰ ਕੱਢਾਂਗੇ ਆਪਣਾ ਮਾਰਚ ਤੋਂ ਬਾਅਦ, ਉਹਦੇ ਵਿੱਚ ਅਸੀਂ ਹੋਰ ਬੱਚਿਆਂ ਨੂੰ ਮੌਕਾ ਦੇਵਾਂਗੇ। ਔਰ ਜਿੰਨੀ ਵੀ ਅਸੀਂ ਇਨਰੋਲਮੈਂਟ ਵਧਾਉਣ ਵਾਸਤੇ ਕੰਮ ਕਰ ਰਹੇ ਹਾਂ, ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ 'ਚ ਚੰਗੇ ਸਖਤ ਕਦਮ ਲਿੱਤੇ ਜਾ ਰਹੇ ਹਨ ਤਾਂ ਕਿ ਸਾਡੀ ਇਨਰੋਲਮੈਂਟ ਵਧੇ, ਜੇ ਸਾਡੀ ਇਨਰੋਲਮੈਂਟ ਵਧੂਗੀ ਤਾਂ ਉਹਦੇ ਨਾਲ ਜੋਬ ਵੀ ਹੋਰ ਵਧੂਗੀ, ਜੇ ਇਨਰੋਲਮੈਂਟ ਘਟੂਗੀ ਤਾਂ ਜੋਬ ਵੀ ਹੋਰ ਘਟੂਗੀ। ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈ, ਅਸੀਂ ਸਿੱਖਿਆ ਦੇ ਮਿਆਰ ਨੂੰ ਉੱਪਰ ਚੱਕਣ ਵਾਸਤੇ, ਚਾਹੇ ਸਮਾਰਟ ਸਕੂਲ ਦੀ ਗੱਲ ਕੀਤੀ ਹੈ, ਚਾਹੇ ਅਸੀਂ ਐਜੂਕੇਸ਼ਨ ਐਡਮਿਨਿਸਟ੍ਰੇਟਰਸ ਨੂੰ ਭਰਤੀ ਕਰਨ ਦੀ ਗੱਲ ਕੀਤੀ ਹੈ, ਉਹਦੇ 'ਚ ਵੀ 2700 ਬੰਦਾ ਅਸੀਂ ਭਰਤੀ ਕੀਤਾ, ਚਾਹੇ ਉਹ ਹੈੱਡ ਟੀਚਰ ਹੈ, ਚਾਹੇ ਸੈਂਟਰ ਹੈੱਡ ਟੀਚਰ ਹੈ, ਚਾਹੇ ਬਲੋਕ ਪ੍ਰਾਇਮਰੀ ਅਫਸਰ ਹੈ, ਚਾਹੇ ਪ੍ਰਿੰਸੀਪਲ ਹੈ, PPSC ਦੇ ਰਾਹੀਂ ਉਹਨਾਂ ਨੂੰ ਭਰਤੀ ਕੀਤਾ, ਤਾਂ ਕਿ ਮੈਰਿਟ 'ਤੇ ਕੋਈ ਕੰਪਰੋਮਾਈਜ਼ ਨਾ ਹੋਵੇ। ਔਰ 32 ਸਾਲ ਤੋਂ ਲੈ ਕੇ 35 ਸਾਲ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਉਸ 2700 ਬੱਚਿਆਂ ਨੂੰ ਉਸ ਦੇ ਵਿੱਚ ਨੌਕਰੀ ਮਿਲੀ ਹੈ। ਔਰ ਆਉਣ ਵਾਲੇ ਸਮੇਂ 'ਚ ਵੀ ਅਸੀਂ ਜਿਹੜੇ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕਰ ਰਹੇ ਹਾਂ, ਸਾਡਾ ਇੱਕੋ ਟੀਚਾ ਹੈ ਕਿ ਉਹਨਾਂ ਨੂੰ ਐਕਸਪੀਰੀਅੰਸ ਦੇ ਕਰਕੇ ਉਹਨਾਂ ਨੂੰ ਪਿੱਛੇ ਰਹਿਣਾ ਪਵੇ, ਨਾ ਕਿ ਨੌਜਵਾਨਾਂ ਨੂੰ ਵੱਧ ਮੌਕਾ ਮਿਲੇ। ਇਸ ਕਰਕੇ ਅਸੀਂ ਹਰ ਚੀਜ਼ ਦਾ ਜਿਹੜਾ ਐਕਸਪੀਰੀਅੰਸ ਸੀਗਾ, ਜੇ ਤੁਸੀਂ ਪ੍ਰਿੰਸੀਪਲ ਪ੍ਰਮੋਟ ਹੋਣਾ ਹੈ ਤੇ 7 ਸਾਲ ਦਾ ਤੁਹਾਡਾ ਐਕਸਪੀਰੀਅੰਸ ਸੀ, ਅਸੀਂ ਉਹਨੂੰ ਘਟਾ ਕੇ ਵੀ 3 ਸਾਲ ਕੀਤਾ, ਤਾਂ ਕਿ ਯੰਗ ਬੱਚਿਆਂ ਨੂੰ ਜ਼ਿਆਦਾ ਮੌਕਾ ਮਿਲ ਸਕੇ ਆ ਕੇ ਇਸ ਐਜੂਕੇਸ਼ਨ ਸਿਸਟਮ ਨੂੰ ਟੇਕ ਓਵਰ ਕਰਨ ਵਾਸਤੇ। ਸੋ ਜਿਹੜੇ ਮੇਰੇ ਛੋਟੇ ਭੈਣ ਭਰਾ TET ETT ਤੇ ਟੈਟ ਪਾਸ ਵਾਲੇ ਸਾਡੇ ਭਰਾ ਹੈ ਤੇ ਭੈਣਾਂ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ, ਸਰਕਾਰ ਦੀ ਪੂਰੀ ਕੋਸ਼ਿਸ਼ ਹੈ, ਚਾਹੇ ਉਹ EGS ਵਾਰੰਟੀ ਹੈ, ਚਾਹੇ ਸਿੱਖਿਆ ਪ੍ਰੋਵਾਈਡਰ ਹੈ, ਚਾਹੇ ਤੁਹਾਨੂੰ ਏਜ ਦੀ ਰਿਲੈਕਸੇਸ਼ਨ ਦੀ ਗੱਲ ਕਰਨ ਦੀ ਗੱਲ ਹੈ, ਅਸੀਂ ਹਰ ਚੀਜ਼ 'ਤੇ ਤੁਹਾਡੇ ਲਈ ਫਾਈਟ ਕਰ ਰਹੇ ਹਾਂ। ਬਟ ਲੇਕਿਨ ਜੇ ਤੁਸੀਂ ਇਹ ਕਹੋ ਕਿ ਅਸੀਂ
ਜਿਹੜਾ ਐਲੀਜੀਬਿਲਟੀ ਦਾ ਹੁਣ ਟੈਸਟ ਅਸੀਂ ਰੱਖਾਂਗੇ ਉਹ ਟੈਸਟ ਨਹੀਂ ਦੇਣਾ। ਮੈਂ ਸਮਝਦਾ ਇਹਦੇ ਨਾਲ ਅਸੀਂ ਆਪਣੇ ਕਿਤੇ ਨਾ ਕਿਤੇ ਮੈਰਿਟ ਦੇ ਉੱਪਰ ਕੰਪਰੋਮਾਈਜ਼ ਦੀ ਗੱਲ ਕਰਾਂਗੇ ਔਰ ਅਸੀਂ ਪੰਜਾਬ ਦੇ ਸਾਰੇ ਬੱਚਿਆਂ ਨੂੰ ਚੰਗਾ ਸਿਸਟਮ ਨਹੀਂ ਦੇ ਸਕਾਂਗੇ। ਮੇਰੀ ਅਪੀਲ ਹੈ ਕਿ ਸਾਰੇ ਲੋਕ ਆਪਾਂ ਪੋਜ਼ਿਟਿਵਲੀ ਗੱਲ ਕਰੀਏ, ਜਿਹੜੇ ਬੱਚੇ ਪੜ੍ਹ ਰਹੇ ਹੈ ਉਹ ਪੜ੍ਹਨ, ਟੈਸਟ ਦੇ ਵਿੱਚ ਆਪਣੀ ਮੈਰਿਟ ਦੇ ਉੱਪਰ ਆਉਣ, ਫਰੀ ਪੂਰਾ ਟਰਾਂਸਪੇਰੈਂਸੀ ਦੇ ਨਾਲ ਭਰਤੀ ਹੋਊਗੀ, ਪੂਰੀ ਮੈਰਿਟ ਦੇ ਉੱਪਰ ਭਰਤੀ ਹੋਊਗੀ। ਇੱਕ ਵੀ ਜਗ੍ਹਾ ਦੇ ਉੱਪਰ ਅਸੀਂ ਕੋਈ ਲੈਕਸਿਟੀ ਆਉਣ ਨਹੀਂ ਦੇ ਰਹੇ, ਤਾਂ ਕਿ ਅਸੀਂ ਇਹ ਸਾਰੀਆਂ ਗੱਲਾਂ, ਚਾਹੇ ਟੀਚਰ ਟ੍ਰਾਂਸਫਰ ਪਾਲਿਸੀ ਵਾਲੀ ਕੀਤੀਆਂ, ਇਹ ਸਾਰੀਆਂ ਗੱਲਾਂ ਅਸੀਂ ਇਸ ਕਰਕੇ ਕੀਤੀਆਂ ਕਿ ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਮਿਆਰ, ਸਿੱਖਿਆ ਦੇ ਮਿਆਰ ਨੂੰ ਉੱਪਰ ਚੱਕ ਸਕੀਏ ਔਰ ਸਾਡੇ ਪੰਜਾਬ ਦਾ ਭਵਿੱਖ ਚੰਗਾ ਹੋ ਸਕੇ। We'll be right back.